ਮੈਮ ਇੱਕ ਬੀਤੇ ਦਿਨੀ ਲੜਕੀ ਜਿਹੜੀ ਹੈ ਨਹਿਰ ਤੋਂ ਮਿਲੀ ਦਸਵੀਂ ਕਲਾਸ ਮਿਲੀ ਸੀ, ਕੀ ਪ੍ਰੋਬਲਮ ਆਉਂਦਾ? ਮਿਤੀ 13/5/2023 ਨੂੰ ਇੱਕ MLR ਅਜਾਨੇ ਪਵਨ ਕੁਮਾਰੀ ਵਾਸੀ ਸਿੱਬੋਚੱਕ ਥਾਣਾ ਮਸੂਰ ਹੋਈ ਸੀ, ਜਿਸ ਦੀ ਹਾਲਤ ਸੀਰੀਅਸ ਹੋਣ ਕਰਕੇ ਡਾਕਟਰ ਸਾਹਿਬ ਨੇ ਉਸਨੂੰ ਹਾਇਰ ਸੈਂਟਰ ਦਾ ਰੈਫਰ ਕੀਤਾ, ਜਿਸ ਸੰਬੰਧੀ ਉਸਦੇ ਭਰਾ ਕਰਨ ਸਿੰਘ ਨੇ ASI ਪਵਨ ਕੁਮਾਰ ਪਾਸ ਆਪਣਾ ਬਿਆਨ ਦਿੱਤਾ ਕਿ ਉਹਨਾਂ ਦੇ ਹੀ ਪਿੰਡ ਦਾ ਇੱਕ ਵਿਅਕਤੀ ਮਨਿੰਦਰ ਸਿੰਘ, ਜੋ ਕਿ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਨੇ ਮਿਤੀ 13/5/2023 ਨੂੰ ਉਸਦੀ ਭੈਣ ਨਿੱਜੀ ਕੰਮ ਲਈ ਘਰੋਂ ਨਿਕਲੀ ਸੀ, ਜਿਸਦਾ ਉਹਨੂੰ ਪਿੱਛਾ ਕਰਕੇ ਉਹਨੂੰ ਉਸਨੂੰ ਰੋਕ ਕੇ ਉਸਨੂੰ ਡਰਾ ਦਿੱਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਉਸਦੇ ਸਿਰ ਤੇ ਵਾਰ ਕੀਤੇ ਅਤੇ ਮੌਕੇ ਤੋਂ ਭੱਜ ਗਿਆ, ਜਿਸ ਸੰਬੰਧੀ ਥਾਣਾ ਵਿੱਚ ਮੁਕੱਦਮਾ ਅਧੀਨ ਧਾਰਾ 307, 323, 341 IPC ਤਹਿਤ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਮਿਤੀ 14/5/2023 ਨੂੰ ਅਰੈਸਟ ਕੀਤਾ ਗਿਆ। ਇਨਵੈਸਟੀਗੇਸ਼ਨ ਚੱਲ ਰਹੀ ਹੈ, ਦੋਸ਼ੀ ਦਾ ਪੁਲਿਸ ਰਿਮਾਂਡ ਲਿਆ ਗਿਆ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਕੋਰਡਿੰਗ ਬਣਦੀ ਕਾਰਵਾਈ ਕੀਤੀ ਜਾਵੇਗੀ।